ਲੈ ਵੇਖ ਲੈ ਮਹਿੰਦਰ, ਹਜੇ ਤੱਕ ਨਹੀਂ ਉਹਦੀ ਮਾਂ ਆਈ। ਕੱਲ ਦਾ ਕਿਹਾ ਹੋਇਆ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਸਾਡੀ ਕਿਹੋ ਜੀ ਆ, ਤਾਂ ਹੀ ਨਹੀਂ ਆਈ। ਵੀ ਪਤਾ ਜੇ ਜਾਵਾਂਗੇ ਤਾਂ ਉਹੀ ਗੱਲ ਨਿਕਲੂਗੀ, ਸਾਡਾ ਨੱਕ ਨੀਵਾਂ ਹੋਊਗਾ, ਤਾਂ ਹੀ ਨਹੀਂ ਆਏ। ਮੈਂ ਤਾਂ ਹੈਰਾਨ ਆ, ਕੱਲ ਦਾ ਬਾਈ ਗਿਆ ਹੋਇਆ ਉਹ ਵੀ ਨਹੀਂ ਆਏ, ਮੈਂ ਤਾਂ ਉੱਤੇ ਹੈਰਾਨ ਆ ਵੀ ਉਹ ਕਿੱਥੇ ਰਹਿ ਗਿਆ। ਕੀ ਪਤਾ ਭਣੇ, ਇਹਨਾਂ ਦੀਆਂ ਗੱਲਾਂ 'ਚ ਤਾਂ ਕੁਛ ਨਹੀਂ ਨਿਬੜਦਾ ਗਾ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਮੈਂ ਜਾਣੀ ਹੈਗੀ, ਹੁਣ ਮੈਂ ਇੱਥੇ ਬੈਠ ਕੇ ਕੀ ਕਰੂੰਗੀ, ਮੈਂ ਵੀ ਘਰੇ ਕੰਮ ਕਰਨੇ ਆਪਦੇ। ਮੈਂ ਤਾਂ ਐਂ ਕਹਿੰਦੀ ਸੀ ਆਉਣਗੇ ਮਾਰਾ ਤਮਾਸ਼ਾ, ਇਹ ਤੂੰ ਦੇਖ ਲਈ ਫਿਰ ਕੀ ਹੁੰਦਾ। ਨਹੀਂ ਛੱਡ ਪਰੇ ਤਮਾਸ਼ੇ ਨੂੰ, ਤੂੰ ਮੇਰੀ ਗੱਲ ਸੁਣ। ਤੂੰ ਨਾ ਹੁਣ ਪੂਰਾ ਧਿਆਨ ਰੱਖੀ, ਹੁਣ ਤੈਨੂੰ ਮੌਕਾ ਗਾ। ਮੰਮੀ ਧਿਆਨ ਹੀ ਆਉਣ ਤਾਂ ਮੇਰਾ, ਹੁਣ ਤਾਂ ਤੂੰ ਦੇਖੀ ਆ ਕਿਵੇਂ ਪਵਾੜ ਪਾਉਂਦੀ ਇਹਨਾਂ ਦੋਨਾਂ 'ਚ। ਮੈਂ ਇਹ ਤਾਂ ਨਹੀਂ ਵਸਣ ਦਿੰਦੀ ਮੈਂ ਇੱਥੇ, ਇਹਨੂੰ ਤਾਂ ਮੈਂ ਘਰੋਂ ਕਢਾ ਕੇ ਹੀ ਰਹੂੰਗੀ। ਨਾਲੇ ਮੇਰੀ ਗੱਲ ਸੁਣ, ਅੱਜ ਸੱਸ ਨੂੰ ਵੀ ਹੱਥ 'ਚ ਰੱਖੀ। ਉਹ ਤਾਂ ਮੇਰੇ ਹੱਥ 'ਚ ਆ, ਉਹਨੂੰ ਨਹੀਂ ਹੱਥੋਂ ਜਾਣ ਦਿੰਦੀ ਕਿਤੇ ਪਾਸੇ। ਉਹੀ ਤਾਂ ਗੱਲ ਹੈ, ਜਿਵੇਂ ਉਹ ਕਹੀ ਜਾਂਦੀ ਉਵੇਂ ਕਰੀ ਜਾਇਆ ਕਰ। ਅਤੇ ਹੋਰ ਉਹਦਾ ਤਾਂ ਨਹੀਂ ਪਤਾ ਕਦੋਂ ਕਿੱਧਰ ਪਾਸਾ ਪਲਟਦੇ। ਤੂੰ ਆਪਦੇ ਹੱਥ 'ਚ ਰੱਖ ਉਹਨੂੰ, ਅਤੇ ਨਾਲੇ ਉਹਦੇ ਨਾਲ ਤਾਂ ਘੱਟ ਹੀ ਗੱਲਬਾਤ ਕਰਨ ਦੇ ਹੁਣ ਤੋਂ, ਹਰਪ੍ਰੀਤ ਨਾਲ ਤਾਂ। ਉਹ ਹਰਪ੍ਰੀਤ ਨੇ ਮੰਮੀ ਕਰਦੀ ਨਹੀਂ, ਮੰਮੀ ਤਾਂ ਪੂਰੀ ਮੇਰੀ ਜਾੜ ਥੱਲੇ ਬੋਲਦੀ ਆ। ਹਰਪ੍ਰੀਤ ਤਾਂ ਕੁਛ ਗੋਲ ਦਗਾਣੀ ਸਾਰਾ ਕੰਮ ਕਰਾਉਣੇ ਨਾਲ ਤਾਂ ਉਤੋਂ, ਨਾਲੇ ਉੱਤੇ ਪੂਰੀ ਲੱਤ ਰੱਖੀ ਦੀ। ਪਰ ਪਤਾ ਨਹੀਂ ਪਾਲੀ ਭੈੜੀ ਲੱਗਦੀ ਹੈ ਤਾਂ ਵੀ, ਕਈ ਵਾਰ ਬੋਲ ਪੈਂਦੀ ਮੂਹਰੇ, ਉਦੋਂ ਵੀ ਗੁੱਸਾ ਚੜ ਜਾਂਦਾ ਫਿਰ। ਚੱਲ ਕੋਈ ਨਹੀਂ, ਹੁਣ ਤੈਨੂੰ ਮੈਂ ਸਾਰੀ ਗੱਲ ਸਮਝਾਤੀ, ਜਿਵੇਂ ਤੈਨੂੰ ਕਿਹਾ ਤੂੰ ਉਵੇਂ ਜ਼ਿਕਰ ਕਰੀ ਚੱਲੀ। ਚੱਲ ਠੀਕ ਹੈ ਮੰਮੀ, ਕੋਈ ਨਾ, ਤੂੰ ਮੇਰੀ ਗੱਲ ਸੁਣ ਲੈ। ਤੂੰ ਨਾ ਡੈਡੀ ਅਤੇ ਵੀਰੇ ਉਹਨਾਂ ਕੋਲ ਗੱਲ ਨਾ ਕਰੀ, ਤੈਨੂੰ ਪਤਾ ਹੀ ਆ ਫਿਰ ਉਹਨਾਂ ਦਾ, ਉਹ ਐਵੇਂ ਇੱਥੇ ਆ ਕੇ ਫਿਰ ਕੁਛ ਬੋਲਣ ਲੱਗ ਜਾਣਗੇ। ਨਹੀਂ ਉਹਨਾਂ ਕੋਲ ਮੈਂ ਕੀ ਗੱਲ ਕਰਨੀ ਹੈਗੀ, ਮੈਂ ਤਾਂ ਕੁਛ ਨਹੀਂ ਕਹਿੰਦੀ ਉਹਨਾਂ ਨੂੰ, ਅਤੇ ਤੂੰ ਆਪਦਾ ਜਿਵੇਂ ਸਲੋਟ ਆਇਆ ਉਵੇਂ ਕਰੀ। ਮੈਂ ਜਾਂਦੀ ਹਾਂ, ਆ ਤੇਰੀ ਸੱਸ ਵੀ ਹੈ ਨਹੀਂ ਘਰੇ, ਮੈਂ ਜਾਂਦੀ ਮਿਲ ਜਾਂਦੀ। ਚਾਹ ਬਣਾ ਦਾ ਮੈਂ? ਨਹੀਂ ਚਾਹ ਚੂ ਪੀ ਲਈ ਮੈਂ ਸਾਰਾ ਕੁਛ, ਹੁਣ ਮੈਂ ਜਾਂਦੀ ਹੈਗੀ, ਫਿਰ ਮਾਰੂੰਗੀ ਗੇੜਾ। ਚੰਗਾ ਚੱਲ, ਚੰਗਾ ਮੰਮੀ, ਚੱਲ ਚੰਗਾ, ਚੱਲ ਠੀਕ ਹੈ ਮੰਮੀ, ਦੱਸੂਂਗੀ ਤੈਨੂੰ ਫੋਨ ਲਾ ਕੇ। ਆਹੋ ਮੈਨੂੰ ਫੋਨ ਲਾ ਕੇ ਗੱਲ ਦੱਸਦੀ ਸਾਰੀ। ਤੇਰਾ ਫੋਨ ਨਾ ਚਾਰਜ ਲਾ ਲਿਆ ਕਰ ਆਪਦਾ, ਸਾਰਾ ਦਿਨ ਡਾਊਨ ਹੀ ਕਰੀ ਰੱਖਦੀ ਉਹਨੂੰ। ਚੱਲ ਕੋਈ ਨਹੀਂ, ਲਾ ਲੂੰਗੀ ਜਾ ਕੇ ਮੈਂ। ਚੰਗਾ ਚੰਗਾ ਮੰਮੀ। ਓ ਹੋ, ਵਿਚਾਰੀ ਮੰਮੀ ਨੂੰ ਵੀ ਜਾਣਾ ਪੈ ਗਿਆ, ਜੇ ਇੱਥੇ ਹੁੰਦੀ ਨਾ ਹਾਏ, ਅੱਜ ਤਾਂ ਘਰੇ ਤਮਾਸ਼ਾ ਹੋਣਾ ਸੀ, ਤੇ ਨਜ਼ਾਰਾ ਹੀ ਆ ਜਾਂਦਾ। ਲੋਕ ਐਵੇਂ ਸਿਨੇਮੇ ਜਾਂਦੇ ਆ, ਘਰੇ ਇਹੋ ਜਿਹੇ ਤਮਾਸ਼ੇ ਹੋਣ, ਸਿਨੇਮੇ ਜਾਣ ਦੀ ਵੀ ਕੀ ਲੋੜ ਆ, ਬਸ ਆ ਜਾਣ ਛੇਤੀ। ਦੇਖਦੀ ਹੈ ਕਾਲਾ ਆ ਗਿਆ ਕਨਾ, ਰਾਤ ਦਾ ਪਾਣੀ ਦੀ ਵਾਰੀ ਹੈ, ਉੱਥੇ ਹੀ ਬੈਠਾ, ਨਾਲੇ ਇਹਦੀ ਮਾਂ ਨੇ ਜਾਣਾ, ਪੁੱਛਦੀ ਹੈ ਬਾਗੀ ਕਿੱਥੇ ਹੈ। ਕੀ ਗੱਲ ਮਨਿੰਦਰ, ਕਿਵੇਂ ਪਈ ਹੈ ਪੁੱਤ? ਮੰਮੀ ਉਹੀ ਪੈ ਗਈ ਤੈਨੂੰ ਡੀਕ ਡੀਕ ਕੇ, ਕਦੋਂ ਦੇਖੀ ਹੈ ਨਹੀਂ, ਪਤਾ ਨਹੀਂ ਕਿੱਥੇ ਗਈ ਸੀ ਤੂੰ। ਨਹੀਂ ਮੈਂ ਕਿੱਥੇ ਜਾਣਾ ਸੀ, ਮੈਂ ਤਾਂ ਤੇਰੀ ਤਾਈ ਕੇ ਗਈ ਸੀ। ਉਹ ਨਾ ਕਿਸੇ ਬਾਬੇ ਕੋਲ ਜਾਂਦੀ ਹੈ। ਅੱਛਾ, ਦੇਖ ਲੈ ਮੁੰਡਾ ਆਪਦੇ ਮਗਰ ਲਾ ਰੱਖਿਆ, ਭੋਰਾ ਕੀ ਚੁਸਕ ਜੇ, ਜਿਵੇਂ ਮਾਂ ਕਹਿੰਦੀ ਹੈ ਉਵੇਂ ਚੱਲਦਾ। ਅਤੇ ਮੈਨੂੰ ਆਏ ਸੀ ਆਪਣੇ ਵਾਲਾ ਕਾਲਾ ਵੀ ਆਪਾਂ ਮਗਰ ਲਾ ਲਈਏ। ਤੂੰ ਬਾਲੀ ਵਜੇ ਕੰਮ ਕੀਤਾ ਮੰਮੀ, ਫਿਰ ਤੂੰ ਜਾਣਾ ਨਹੀਂ ਫਿਰ ਬਾਬੇ ਕੋਲ? ਜਾਵਾਂਗੇ, ਉਹਨੂੰ ਕੋਈ ਕੰਮ ਹੋ ਗਿਆ ਤੇ ਉਹ ਕਹਿੰਦੀ ਮੈਂ ਉਧਰ ਮਾੜਾ ਜਿਹਾ ਕੰਮ ਜਾਇਆ, ਮੈਂ ਫਿਰ ਆਪਾਂ ਚੱਲਾਂਗੇ ਕਹਿੰਦੀ। ਬਸ ਠੀਕ ਹੈ ਮੰਮੀ, ਕਰਵਾ ਦੇ ਕੁਛ ਕਾਲੇ ਬਾਈ ਦੇ। ਅਸੀਂ ਤਾਂ ਮੈਂ ਕਹਿੰਦੀ ਥੱਲੇ, ਹਾਂ ਉਹਦੇ ਮਗਰ ਲੱਗਿਆ ਫਿਰਦਾ ਮੰਮੀ। ਉਹੀ ਤਾਂ ਗੱਲ ਹੈ, ਜੇ ਮਾੜੀ ਜਿਹੀ ਗੱਲ ਨਹੀਂ ਕਹਿਣ ਦਿੰਦਾ ਉਹਦੀ, ਕਹੋ ਲੈ ਤੁਸੀਂ ਇਹਦੇ ਮਗਰ ਪੈ ਰਹੇ ਹੋ, ਤੁਸੀਂ ਇਹਦੇ ਮਗਰ ਪੈ ਰਹੇ ਹੋ, ਨਾ ਮਗਰ ਪੈਣ ਨੂੰ ਆਪਾਂ ਕੀ ਕਰਤਾ ਉਹਨੂੰ। ਬਸ ਵਧੀਆ ਗੱਲ ਮੰਮੀ, ਜੇ ਲੈ ਕੇ ਜਾਣਾ ਮੈਨੂੰ ਵੀ ਲੈ ਜਾ, ਆਪਾਂ ਕੱਲ੍ਹ ਨੂੰ ਚੱਲ ਪੜਾਂਗੇ ਦੋਨੇ ਜਣੇ। ਆਪਾਂ ਕੱਲ੍ਹ ਨੂੰ ਵੀ ਵਗ ਚੱਲਾਂਗੇ, ਆਪਾਂ ਦੋਨੇ ਚੱਲ ਪੜਾਂਗੇ। ਹਾਂ ਕੰਮ ਵੀ ਤਾਂ ਕੁਛ ਕਰਾ ਦਾਂਗੇ, ਨਾਲੇ ਇਹ ਤੇ ਕਰਾ ਦਾਂਗੇ। ਤੇ ਨਾਲੇ ਤੇਰੀ ਮਾਂ ਨਹੀਂ ਦਿੰਦੀ? ਉਹ ਤਾਂ ਗਈ ਮੰਮੀ, ਹੁਣ ਤਾਂ ਘਰੇ ਨਾ ਡੈਡੀ ਹੋਰਾਂ ਦੇ ਫੋਨ ਆਈ ਜਾਂਦੇ ਸੀਗੇ ਬਾਹਲੇ, ਫਿਰ ਘਰੇ ਕੰਮ ਆ, ਰਿਸ਼ਤੇਦਾਰ ਆਉਂਦੇ ਰਹਿੰਦੇ। ਲੈ ਮੈਂ ਤਾਂ ਮਿਲ ਕੇ ਤਾਂ ਵਗ ਜਾਂਦੀ, ਐਂ ਕਹੂਗੀ ਵੀ ਪਤਾ ਨਹੀਂ ਕਿੱਧਰ ਗਈ। ਹਾਂਜੀ ਚੱਲ ਕੋਈ ਨਾ, ਮਤਲਬ ਪੁੱਛਦੇ ਤਾਂ ਸੀਗੇ ਤੁਹਾਡੇ ਬਾਰੇ, ਫਿਰ ਮੈਂ ਕਿਹਾ ਮੰਮੀ ਕੰਮ ਗਏ ਆ ਕਿਤੇ, ਚੱਲ ਕਹਿੰਦੇ ਕੋਈ ਗੱਲ ਨਹੀਂ ਅਗਲੀ ਵਾਰ ਮਿਲ ਲੂੰਗੀ ਫਿਰ ਮੈਂ। ਤੇ ਇਹ ਕੀ ਕਰੀ ਜਾਂਦੀ ਹੈ ਮਹਾਰਾਣੀ? ਬਸ ਅੰਦਰ ਡੁਸਕ ਡੁਸਕ ਕਰੀ ਜਾਂਦੀ ਹੈ। ਅੱਛਾ, ਕਰੀ ਜਾਵੇ ਡੁਸਕ, ਕਾਲਾ ਨਹੀਂ ਆਇਆ? ਪਤਾ ਨਹੀਂ, ਮੈਂ ਤਾਂ ਨਾ ਸਾਰਿਆਂ ਨੂੰ ਡਿੱਕੀ ਨਹੀਂ, ਪਰ ਤੁਸੀਂ ਪਹਿਲਾਂ ਕਿੱਥੇ ਜਾਵੜੇ, ਹੁਣ ਕਾਲਾ ਵੀ ਰਹਿਣ ਰਾਤ ਦਾ ਆਇਆ ਹੈਗਾ। ਉਹ ਪਾਣੀ ਦੀ ਵਾਰੀ ਸੀ। ਅੱਛਾ, ਹਾਂ ਉਹ ਤੇਰੇ ਤਾਏ ਦੇ ਮੁੰਡੇ ਨੇ ਦੱਸਿਆ ਸੀ, ਕਹਿੰਦਾ ਮੈਂ ਉੱਥੇ ਸੀ ਖੇਤ, ਵੀ ਕਦੋਂ ਇਹ ਆਵੇ ਬਾਈ ਕਾਲਾ, ਤੇ ਕਦੋਂ ਇਹਦੀ ਸ਼ਿਕਾਇਤ ਜੀ ਲੱਗ ਗਈ, ਤੇ ਕਦੋਂ ਇਹ ਖਲਾਰਾ ਜਿਹਾ ਪਵੇ, ਇਹਨੂੰ ਘਰੋਂ ਕੱਢੀਏ। ਤੇ ਹੋਰ? ਹਾਂ ਮੈਂ ਤਾਂ ਉਦੋਂ, ਮੈਨੂੰ ਤਾਂ ਸੁੱਖ ਦੀ ਨੀਂਦ ਪਊਂਗੀ ਜਿੱਥੇ ਘਰੋਂ ਨਿਕਲ ਗਈ। ਹੋਰ ਕੀ ਆ, ਮੈਂ ਤੁਹਾਡੀ ਮਾਂ ਤੇ ਹੈਰਾਨ ਆ ਮੰਮੀ, ਅਜੇ ਤੱਕ ਨਹੀਂ ਆਏ ਹਲੇ। ਮਾਂ ਕਾਣੀ ਹੈ, ਮਾਂ ਨੂੰ ਪਤਾ ਹੈ ਧੀ ਦੀਆਂ ਕਰਤੂਤਾਂ ਦਾ, ਮਾਂ ਕਿਵੇਂ ਆਊਗੀ, ਮਾਂ ਕਿਹੜੇ ਮੂੰਹ ਨਾਲ ਆਪਣੇ ਮੱਥੇ ਲੱਗੇ। ਸਹੀ ਗੱਲ, ਉਹ ਤੇਰੇ ਭਰਾ ਹਿੱਕਾਂ ਥਾਪੜਦਾ ਸੀ ਆਪਣੇ ਸਾਹਮਣੇ, ਅੱਜ ਆ ਵੀ ਨਾ ਭਰਾ। ਮੈਂ ਉਹਦੇ ਤਾਂ ਹੀ ਤਾਂ ਕਿਹਾ ਸੀ, ਹਾਂ ਦੇਖੋ ਹੁਣ ਭਰਾ ਨੂੰ ਲਿਆਊਗੀ ਕਿ ਨਾ ਇਕੱਲੀ ਆਊਗੀ। ਕਿੱਥੇ ਦਾ ਭਰਾ ਹੁੰਦਾ ਬੇਸ਼ਰਮ, ਸਾਰਾ ਟੱਬਰ ਇੱਕੋ ਜਿਹਾ ਹੀ ਇਹਨਾਂ ਦਾ। ਭਰਾ ਨੂੰ ਸਭ ਪਤਾ ਹੈ, ਉਹ ਤਾਂ ਇੱਕ ਆਪਣੇ ਲੋਕਾਂ ਲੱਜੋ ਆ ਗਏ ਵੀ ਐਂ ਕਹਿਣਗੇ ਵੀ ਆਉਂਦੇ ਨਹੀਂ ਕੋਈ। ਮੰਮੀ ਤਾਂ ਆਉਂਦੇ ਆ, ਇੱਥੋਂ ਖਾਣ ਨੂੰ ਦਿੰਦੀ ਆ ਉਹਨਾਂ ਨੂੰ। ਗੱਲ ਤਾਂ ਉਹੀ ਹੈ ਜਿਹੜੀਆਂ ਤੇਰੀਆਂ ਚੋਰੀਆਂ ਕਰਦੀ ਆ ਮਾਂ ਪਿਓ ਨੂੰ ਦਿੰਦੀ ਹੈ। ਜਿਹੜਾ 50,000 ਚੱਕਿਆ ਸੀ ਐਵੇਂ ਤਾਂ ਨਹੀਂ ਅਗਲੇ ਥਾਂ ਨਾਲ ਸਾਥ ਦਿੰਦੇ ਸੀ, ਅਗਲੇ ਖਾਣਾ ਸੀ ਵਿੱਚੋਂ ਅਗਲਿਆਂ ਨੇ ਖਾਣਾ ਸੀ, ਉਹ ਤਾਂ ਕੁਦਰਤ ਤੂੰ ਮੌਕੇ ਤੇ ਦੇਖ ਲਿਆ। ਹਾਂ ਐਵੇਂ ਥੋੜਾ ਮੈਂ ਪੈਸੇ ਚੱਕਣ ਦਿੰਦੀ, ਉਹੀ ਤਾਂ ਗੱਲ ਹੈ, ਮੈਂ ਤਾਂ ਚੀਨ ਨਹੀਂ ਹਿਲਣੀ ਜਮਾਂ ਵੀ। ਚੱਲ ਤੂੰ ਜਾ ਦੀ ਕੁੱਟ ਪੀ ਲਈ। ਕਿੱਥੇ ਮੰਮੀ,
थैंक यू मम्मी। मेरी गल सुनियो, नाले नु कड्डो ना बाहर, रात दी अंदर बड़ी है, बाहर ही नहीं आई हैगी। कड़ देंगे नाले, चाह दी कुट्ट मैं तां अपने दोनों वास्ते कीती है, मैं तां ओदी कीती नहीं। ओहो मम्मी, थोनू किने कहा भी उन चाह पियो, मैं तां ऊं कहनी है बिठा लो भाई। आ गया काला जी, हरप्रीत ਓਏ ਆ ਜਾ ਬਾਹਰ, ਹੁਣ ਇੱਥੇ ਬੈਠੀ ਰਹੇਗੀ। ਹਾਂਜੀ ਆ ਗਈ ਤੁਸੀਂ? ਹਾਂਜੀ ਨਾ ਬੇਬੇ ਰਗੀਆਂ ਕਹੀ ਜਾਂਦੀਆਂ। ਆ ਕੀ ਆ? ਆ ਤਾਂ ਜੀ ਰਾਜਪਾਲ ਦੇ ਕੇ ਗਿਆ ਸੀ ਨਾ। ਆ ਦੇਖ ਲੈ ਵੀਰੇ, ਮੈਂ ਸਹੀ ਕਿਹਾ ਸੀ ਨਾ, ਮੈਂ ਝੂਠ ਮਾਰ ਦਿੱਤਾ, ਹੁਣ ਆਪ ਹੀ ਮੰਨ ਗਈ ਵੀ ਰਾਜਪਾਲ। ਗੱਲ ਸੁਣ ਲਾ ਹੈ, ਮੈਂ ਤਾਂ ਇਹਨਾਂ ਨੂੰ ਕਹੀ ਜਾਂਦਾ ਵੀ ਤੁਸੀਂ ਉਹਦੇ ਇਲਜ਼ਾਮ ਲਾਉਣੇ ਹੈ ਨਾ, ਤੈਨੂੰ ਸ਼ਰਮ ਨਹੀਂ ਆਉਂਦੀ? ਜੀ ਮੇਰੀ ਗੱਲ ਤਾਂ ਸੁਣ ਲਾ ਪੂਰੀ, ਉਹ ਤਾਂ ਉਹਨਾਂ ਦੀ ਮੋਟਰ ਖਰਾਬ ਹੋ ਗਈ ਸੀ, ਉਹ ਤੁਹਾਨੂੰ ਦਾ। ਮੇਰੀ ਗੱਲ ਸੁਣ ਲਾ, ਮੈਂ ਕੁਝ ਨਹੀਂ ਸੁਣਨਾ ਤੇਥੋਂ। ਆ ਵੇਖ ਲੈ, ਮਾਂ ਤਾਂ ਨਹੀਂ ਝੂਠ ਮਾਰਦੀ, ਅੱਗੇ ਮੈਂ ਕਹਿ ਦਿੰਦਾ ਸੀ ਵੀ ਚਲੇ ਤੇਰੇ ਨਾਲ ਲੜਦੀਆਂ, ਐਂ ਕਰਦੀਆਂ ਜੋ ਕਰਦੀਆਂ, ਪਰ ਆ ਕੇ ਤੂੰ ਉੱਤੇ ਕਰੇਂਗੀ ਹੁਣ ਤੂੰ। ਜੀ ਹੁਣ ਤੁਸੀਂ ਵੀ ਇਹਨਾਂ ਪਿੱਛੇ ਲੱਗਦੇ ਹੋ। ਮੈਂ ਤੇਰਾ ਸਾਲ ਘੁੱਟ ਦੂੰ ਤੇਰਾ। ਮੈਂ ਕੋਟੀ ਦੇ ਬਾਈ, ਇਹੋ ਜੀ ਤਾਂ ਕੀ ਕਰਾਉਣਾ, ਸਾਰੇ ਪਿੰਡ 'ਚ ਬਦਨਾਮੀ ਕਰਾਉਗੀ ਆਪਣੀ। ਆਹੋ ਤੁਸੀਂ ਤਾਂ ਕਲੇਸ਼ ਕਰਵਾ ਕੇ ਖੁਸ਼ ਹੋ ਸਾਡਾ। ਦੇਖ ਲੈ, ਮੈਂ ਆਪ ਹੀ ਮੰਨੀ ਨਾ ਰਾਜਪਾਲ ਨੇ ਨੰਬਰ ਦਿੱਤਾ, ਹੁਣ ਤੂੰ ਮੇਰੇ ਤੇ ਇਲਜ਼ਾਮ ਪਾਉਂਦੀ ਆ। ਜੀ ਰਾਜਪਾਲ ਦੀ ਮੋਟਰ ਖਤਮ। ਮੈਂ ਤੈਨੂੰ ਇੱਕ ਗੱਲ ਕਹੀਦੀ, ਵੀ ਆਹਦਾ ਟਿੰਡ ਫੋੜੀ ਜੀ ਚੱਕ ਤੇ ਤੁਰਦੀ ਬਣ ਇਥੋਂ, ਬਸ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ। ਜਾ ਉਹਦੇ ਨਾਲ ਹੀ ਆੜਾ ਹੁਣ। ਮਾਂ ਕਰ ਬੈਗ, ਇਹਦਾ ਬੈਗ ਮੈਂ ਭੇਜ ਗਏ, ਇਹਨੂੰ ਰੱਖਣਾ ਨਹੀਂਗਾ। ਇਹਦੀ ਮਾਂ ਸੱਦਿਆ ਕਾਲ ਦੀ, ਉਹ ਵੀ ਨਹੀਂ ਆਈ ਹੈਗੀ, ਉਹਨਾਂ ਨੂੰ ਪਤਾ ਹੈਗਾ ਕਰਤੂਤਾਂ ਦੇ, ਤਾਂ ਹੀ ਨਹੀਂ ਆਈ ਅਗਲੀ ਉਹ। ਨਾ ਮੈਂ ਤੇਰਾ, ਮੇਰੀ ਗੱਲ ਸੁਣ, ਜਿਹੜੇ ਤੂੰ ਪੈਸੇ ਤੇਰੀ ਅਲਮਾਰੀ 'ਚ ਉੱਥੇ ਆਈ ਸੀ, ਉਦੋਂ ਮੈਂ ਇਹਨਾਂ ਨਾਲ ਲੱਖ ਲੱਖ ਕਲੇਸ਼ ਕਰਿਆ ਵੀ ਹਾਂ ਭਾਈ ਇਹਨੇ ਨਹੀਂ ਚੱਕੇ, ਇਹਨੇ ਨਹੀਂ ਚੱਕੇ, ਮੈਂ ਤੇਰੀ ਸਾਈਡ ਲਈ, ਤੂੰ ਆਹ ਕਰਤੂਤਾਂ ਕਰਦੀਆਂ ਹੈ। ਜੀ ਦੀਦੀ ਨੇ ਤਾਂ ਪੂਰੀ ਗੱਲ ਨਹੀਂ ਸੁਣੀ, ਤੁਸੀਂ ਤਾਂ ਸੁਣ ਲਓ ਮੇਰੀ ਗੱਲ। ਓਏ ਬਸ, ਇਦੋਂ ਬਾਅਦ ਸੁਣਨ ਨੂੰ ਕੀ ਰਹਿ ਗਿਆ ਹੈ? ਆ ਨੰਬਰ ਤਾਂ ਸਾਹਮਣੇ ਪਿਆ, ਨਾਲੇ ਆਪ ਹੀ ਕਹਿ ਕੇ ਗਈ ਆ ਵੀ ਰਾਜਪਾਲ ਨੇ ਨੰਬਰ ਤਾਂ, ਹੁਣ ਤਾਂ ਕਹਾਣੀਆਂ ਬਣਾਈ ਜਾਂਦੀਆਂ, ਹੁਣ ਤਾਂ ਕੁਛ ਮਰਜ਼ੀ ਕਹੀ ਜਾਵੇ। ਆਏ ਤਾਂ ਪੁੱਛ ਦਿੱਤਾ ਕਿ ਉਹਨੇ ਨੰਬਰ। ਓ ਬਸ ਯਾਰ, ਤੂੰ ਰਹਿਣ ਦੇ, ਸ਼ਰਮ ਕਰ ਲੈ, ਹੁਣ ਇਹ ਵੀ ਦੱਸੇਂਗੀ ਵੀ ਨੰਬਰ ਕਿਉਂ ਦਿੱਤਾ। ਮਰੀ ਜਾਂਦੀ ਆ, ਮੇਰੀ ਗੱਲ ਸੁਣ, ਚੱਲ ਨਿਕਲ ਇਥੋਂ, ਚੱਲ ਇਹ ਕਰ ਨੂੰ ਬੈਗ ਚ ਪੈਕ ਦੀ, ਨਿਕਲ ਇਥੋਂ। ਹਾਂ ਮੈਂ ਨਹੀਂ ਜਾਣਾ, ਮੇਰਾ ਵੀ ਘਰ ਨਹੀਂ ਜਾਣਾ। ਚੱਲ ਚੱਲ ਚੱਲ, ਐਂ ਤਾਂ ਕਿਵੇਂ ਜਾਣਾ, ਚੱਲ ਹਾਂ। ਕੀ ਗੱਲ ਹੋ ਗਈ ਪੁੱਤ? ਮੈਂ ਦੱਸਦੀ ਆ, ਮੇਰੀ ਗੱਲ ਸੁਣ, ਉਹ ਤਾਂ ਮਨਿੰਦਰ ਦੀ ਮਾਂ ਆਈ ਹੋਈ ਸੀ, ਅਸੀਂ ਤਾਂ ਅੰਦਰ ਬੈਠੀਆਂ ਸੀ, ਚਾਹ ਪਾਣੀ ਪੀ ਜਾਂਦੀਆਂ ਸੀ। ਇਹ ਤਾਂ ਕੁਦਰਤੋਂ ਮਨਿੰਦਰ ਭਾਂਡੇ ਰੱਖਣ ਵਾਗੀ ਬਾਹਰ, ਤੇ ਇਹ ਸਾਡੇ ਸਰੀਕਾਂ ਦਾ ਰਾਜਪਾਲ ਨਹੀਂ, ਉਹ ਤਾਂ ਨੰਬਰ ਫੜੀ ਜਾਂਦੀ ਸੀ ਤੇਰੀ ਕੁੜੀ। ਹਰਪ੍ਰੀਤ, ਕੀ ਕਹਿੰਦੇ ਆ ਪੁੱਤ ਇਹ? ਨਹੀਂ ਮਾਂ, ਮੈਂ ਨੰਬਰ ਨਹੀਂ ਫੜਿਆ, ਉਹ ਤਾਂ ਕਾਲੇ ਨਾਲ ਗੱਲ ਕਰਨੀ ਸੀ। ਨਾ ਆਹ ਕੀ ਆ, ਆਹ ਨੰਬਰ ਨਹੀਂ ਫੜਿਆ ਐਵੇਂ ਹਰਪ੍ਰੀਤ, ਹੁਣ ਝੂਠ ਨਾ ਮਾਰੀ ਜਾ। ਨਾਲੇ ਮੰਨੀ ਸੀ ਤੂੰ ਬਾਈ ਕੋਲ ਵੀ ਮੈਂ ਫੜਿਆ ਰਾਜਪਾਲ ਤੇ ਨੰਬਰ। ਮੇਰੀ ਗੱਲ ਸੁਣ ਲੈ, ਕਿੱਥੇ ਨਹੀਂ ਖੜਿਆ ਮੈਂ ਤੇਰੇ ਨਾਲ ਹੈ ਅੱਜ ਤੱਕ, ਇਹ ਤੈਨੂੰ ਤੇਰੇ ਨਾਲ ਲੜਦੇ ਭਿੜਦੇ ਲੱਖ ਸੀ, ਮੈਂ ਤੇਰੇ ਤੋਂ ਪਾਸਾ ਨਹੀਂ ਵੜਦਾ ਸੀ, ਕਦੇ ਤੇਰੀ ਗੱਲ ਨਹੀਂ ਮੋੜੀ ਮੈਂ। ਜੀ ਫਿਰ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣੀ ਜਾਂਦੇ? ਤੂੰ ਮੈਂ ਮੇਰੀ ਗੱਲ ਸੁਣ ਲੈ, ਮੈਂ ਆਪਦੀ ਮਾਂ ਨਾਲ ਲੜ ਕੇ ਤੇਰੇ ਨਾਲ ਵਿਆਹ ਕਰਾਇਆ ਸੀ, ਵੀ ਮੈਨੂੰ ਉਹ ਕੁੜੀ ਪਸੰਦ ਆ, ਠੀਕ ਆ, ਮੈਨੂੰ ਮੈਂ ਕੋਈ ਲੈਣ ਦੇਣ ਨਹੀਂ ਮੰਗਿਆ ਸੀ ਤੇਥੋਂ। ਨਾਲੇ ਆਏ ਬਾਈ ਜੀ, ਐਂ ਹੁੰਦਾ ਜਦੋਂ ਆਪਾਂ ਜ਼ਿਆਦਾ ਕਿਸੇ ਨੂੰ ਸਿਰ ਚੜਾਉਣ ਨਾ, ਔਖਾ ਹੀ ਕਰਦਾ, ਇੰਨੀ ਗੱਲ ਦਾ ਆਕਾਸ਼ ਨਹੀਂ ਮੇਰੀ ਮਾਂ ਦਾ। ਇਹਦੀ ਮਾਂ ਨੂੰ ਪਤਾ ਲੱਗ ਗਿਆ, ਉਹ ਵੀ ਸੌ ਸੌ ਕੁਛ ਬੋਲੀ ਵੀ ਇਹੋ ਜੀ ਕਰਤੂਤ ਦੀ ਇਹ ਬੇਇੱਜ਼ਤੀ ਕਰਾ ਕੇ ਰੱਖਦੀ ਮੇਰੀ ਮਾਂ ਅੱਗੇ। ਜੇ ਤਾਂ ਤੇਰੀ ਗਲਤੀ ਹੈਗੀ ਆ ਤਾਂ ਦੱਸ ਦੇ ਵੀ ਮੈਂ ਗਲਤੀ ਕੀਤੀ ਆ। ਉਹ ਗਲਤੀ 'ਚ ਹੁਣ ਕੋਈ ਕਸਰ ਥੋੜੀ ਰਹਿ ਗਈ, ਆਹ ਦੇਖ ਲਓ, ਹੁਣ ਆਹ ਤਾਂ ਤੁਹਾਡੇ ਸਾਹਮਣੇ ਆ, ਇਹ ਤਾਂ ਹੁਣ ਅਸੀਂ ਨਹੀਂ ਲਿਆਏ। ਦੇਖ ਲਾ ਮਾਸੀ, ਤੈਨੂੰ ਵੀ ਪਤਾ ਹੀ ਸੀਗਾ ਤਾਂ ਹੀ ਨਹੀਂ ਕੱਲ ਤੂੰ ਆਈ। ਨਾ ਮੈਨੂੰ ਭਾਈ ਕੀ ਪਤਾ ਸੀ, ਮੈਨੂੰ ਵੀ ਸੌ ਡਿੱਕਾ ਹੁੰਦਾ ਘਰੇ, ਮੇਰੀ ਵੀ ਕਬੀਲਦਾਰੀ ਆ, ਕੱਲ ਮੈਂ ਇੱਥੇ ਨਹੀਂ ਆਇਆ ਗਿਆ। ਉਹ ਮਾਸੀ ਤੈਨੂੰ ਪਤਾ ਵੀ ਸਾਡੀ ਕੁੜੀ ਦੇ ਕਿਹੋ ਜੇ ਲੱਗੇ, ਕਿਹੋ ਜੇ ਹੋਇਆ, ਤਾਂ ਹੀ ਦੱਸਦੀ ਤੂੰ ਨਹੀਂ ਆਈ ਵੀ ਕੀ ਕਹੂੰਗੀ। ਜੇ ਕੋਈ ਕੰਮ ਸੀ ਉਹਨੂੰ, ਇਹ ਸਿੱਧਾ ਕਹਿੰਦੀ ਵੀ ਭਾਈ ਮੇਰੀ ਸੱਸ ਅੰਦਰ ਬੈਠੀ ਹੈ,
अंदर भाग जा तू, इन्हें बाहर चो क्यों खड़ी। मैं मेनू आई हो गया भी मम्मी ने अंदरों की उठाना, वो काले तक काम से उन्होंने खेत से ना मोटर खराब हो गई सी, वो कहता काले नाल गल करवा दे। मैं कहा तुसी नंबर ले जो, कहता मेरे को तो फोन है नहीं, तो अगर कोने मेरे नंबर दे। मैं हरप्रीत मेरी गल सुन, वो सीधा काले नाल गल कर सकदा सी, करे होर भी बहुत जी आ, ना गली च खड़ के सारे ने देखा तो नंबर फड़ी जानी, तेरे खुद नूं शर्म होनी चाहिए, किस घर दी नौ आ तू, किन्नी इज्जत आ पिंड च डैडी दी। साडा तो तेनू पता भैन जी असरी कौ ही नहीं मान, सौ सौ गल्लां बनाईआं उन्होंने बनाई हूं, देख ला पुत जे जेड़ा सच है दस दे। ओ सच मेरी गल सुन लो मम्मी जी, जिथे सच्ची सी मैं इहदे नाल खड़ा सी, जदों पैसों का रौला पिया मैं थोड़े सामने इहदे नाल खड़ा ही कि नहीं खड़ा, आपदी मां नूं आपदी भरजाई नूं बोलिया कि नहीं बोलिया इहदे पिछे, हुण आ तां अखां च घट्टा पाउणी आ, हुण होर की आ। मासी साफ गल आ, साडी तां रखणी नहीं हैगी इहो जी, हां सानूं कड़ा घट्टे असीं होर व्याह लांगे कितें नूं। ਮਨਿੰਦਰ ਤੂੰ ਭਾਈ ਹਾ ਗੱਲਾਂ ਕੀ ਕਰਦੀ ਆਂਗੀ, ਤੇਰੇ ਮੂੰਹੋਂ ਚੰਗੀਆਂ ਨਹੀਂ ਲੱਗਦੀਆਂ ਇਹ ਗੱਲ। ਇਹਦਾ ਗੱਲ ਸੱਚੀ ਹੈ ਜੀ, ਬਸ ਮੈਂ ਵੀ ਨਹੀਂ ਰਹਿਣਾ ਨਹੀਂ ਇਹਦੇ ਨਾਲ, ਮੈਂ ਮੇਰੇ ਨਾਲ ਤਾਂ ਬਸ ਇੱਕ ਪਾਸਾ ਕਰ ਲਓ। ਜਦੋਂ ਸਾਡੀ ਇੱਜ਼ਤ ਨੂੰ ਲੀਕ ਲਾਈ ਜਾਂਦੀ ਆ, ਅਸੀਂ ਇਹੋ ਜੀ ਤੋਂ ਕਰਾਉਣਾ ਕੀ ਹੈ। ਉੱਤੋਂ ਹਜੇ ਖੁਸ਼ ਹੋ ਦੱਸਦੀ ਆ ਕਿ ਰਾਜਪਾਲ ਦਾ ਨੰਬਰ ਫੜਿਆ ਸੀ। ਮਾਂ ਤੂੰ ਤਾਂ ਯਕੀਨ ਕਰ ਲੈ ਮੇਰੇ ਤੇ। ਯਕੀਨ ਤਾਂ ਪੁੱਤ ਹੈਗਾ ਹੀ ਹੈ, ਮੈਨੂੰ ਤਾਂ ਹੈਗਾ ਹੀ ਹੈ, ਹੁਣ ਕੀ ਪਤਾ ਕੀ ਕਹਾਣੀ ਹੈ ਤੇ ਕੀ ਨਹੀਂ, ਜਿਹੜਾ ਤੀਜੇ ਕੁ ਦਿਨ ਤੇਰੇ ਤੇ ਇਲਜ਼ਾਮ ਲੱਗ ਜਾਂਦਾ। ਅਸੀਂ ਕਹਾਣੀ ਅਸੀਂ ਕਿਹੜਾ ਕੋਈ ਪੱਲੋ ਬਣਾ ਕੇ ਗੱਲ ਕਹੀ ਹੈ। ਝੱਗਾ ਚੱਕਦੇ ਆ ਢਿੱਡ ਆਪਦਾ ਹੀ ਨੰਗਾ ਹੁੰਦਾ, ਆਪਦੇ ਘਰੇ ਗੱਲ ਪਤਾ, ਸਵੇਰ ਨੂੰ ਆਂਢ ਗਵਾਂਢ ਲੱਗੂ, ਉਦੋਂ ਬਾਅਦ ਪਿੰਡ ਚ ਰੌਲਾ ਪਊ, ਨਾਲੇ ਮੇਰੀ ਵੀ ਇੱਜ਼ਤ ਸੌ ਮੈਂ ਬੰਦੇ ਚ ਉੱਠਦਾ ਪਹਿਲਾਂ। ਬਾਈ ਮੇਰੀ ਗੱਲ ਸੁਣ ਲਾ, ਮੈਂ ਸਿੱਧੇ ਇੱਕ ਰਹਿ ਦਿੰਦੀ ਹਾਂ ਵੀ ਸਿੱਧਾ ਤਲਾਕ ਲੈ ਲੈ, ਤੋ ਇਹੋ ਜਿਹੀ ਤਾਂ ਕਰਾਉਣਾ ਕੀ ਆ। ਤੈਨੂੰ ਪਤਾ ਹੀ ਹੈ ਭੈਣ ਜੀ, ਮੇਰੇ ਪੁੱਤ ਨੇ ਤਾਂ ਕਦੇ ਗਿੱਲੇ ਗੋਹੇ 'ਤੇ ਪੈਰ ਨਹੀਂ ਧਰਿਆ, ਐਡੀ ਇੱਜ਼ਤ ਬਣੀ ਹੈ ਇਹਦੀ ਤਾਂ। ਨਾ ਭੈਣ ਜੀ ਸਾਡੀ ਵੀ ਬਦਨਾਮੀ ਆ, ਜੇ ਤਲਾਕ ਲਊਗਾ ਤਾਂ ਅਸੀਂ ਇਹਨੂੰ ਕਿਵੇਂ ਬਾਹਰ 'ਚ ਬਿਠਾ ਲਾਂਗੇ। ਤੁਹਾਡੀ ਬਦਨਾਮੀ ਦਾ ਫਿਕਰ ਨਾ ਤੁਹਾਡੀ ਧੀ ਨੂੰ ਹੋਣਾ ਚਾਹੀਦਾ ਸੀ, ਜਿਹਨੇ ਆਹ ਲੱਛਣ ਕੀਤੇ, ਨਾ ਇਹਨੂੰ ਨਹੀਂ ਫਿਕਰ ਸੀ ਆਪਦੀ ਮਾਂ ਦੀ ਬਦਨਾਮੀ ਦਾ, ਭਰਾ ਦੀ ਬਦਨਾਮੀ ਦਾ, ਇਹੋ ਜਿਹੇ ਕੁਛ ਲੱਛਣ ਕਰਦੀ ਫਿਰਦੀ ਆਪਦੇ ਸਹੁਰੇ, ਨਾ ਵਿਆਹੁੰਦੇ ਜੇ ਇਹੋ ਜਿਹੇ ਲੱਛਣ ਕਰਦੀ ਸੀ ਉੱਥੇ ਵੀ। ਕਾਲੇ ਤੂੰ ਤਾਂ ਭਾਈ ਬੋਲ, ਇਹਨਾਂ ਨੇ ਤਾਂ ਮੱਟ ਦੇ ਨੇ ਕਹਿਤਾ ਕਿ ਤਲਾਕ ਦੇਵਾਂਗੇ, ਅਗਰ ਤੂੰ ਵੀ ਮਗਰ ਲਾ ਕੇ ਕਹਿਤਾ ਮੈਂ ਰੱਖਣੀ ਨਹੀਂ, ਕੀ ਗੱਲ ਤੈਨੂੰ ਨਹੀਂ ਆਪਦੀ ਇੱਜ਼ਤ ਪਿਆਰੀ। ਉਹ ਜੇ ਮੈਨੂੰ ਇੱਜ਼ਤ ਪਿਆਰੀ ਆ ਤਾਂ ਹੀ ਕਿਹਾ ਵੀ ਇਹਨੂੰ ਲੈ ਜਾਓ, ਇੱਥੇ ਮੂੰਹ ਕਾਲਸ ਦਵਾ ਦੂਗੀ ਸਾਨੂੰ। ਗੱਲ ਸੁਣ ਭੈਣ ਮੇਰੀ, ਪਹਿਲਾਂ ਤੁਸੀਂ ਮੇਰੀ ਧੀ 'ਤੇ ਚੋਰੀ ਦਾ ਇਲਜ਼ਾਮ ਲਾਇਆ, ਮੈਨੂੰ ਵੀ ਪਤਾ ਅਤੇ ਤੈਨੂੰ ਵੀ ਪਤਾ ਵੀ ਉਹ ਸਹੀ ਨਹੀਂ ਸੀਗਾ, ਅਤੇ ਹੁਣ ਤੁਸੀਂ ਇਹਦੀ ਇੱਜ਼ਤ 'ਤੇ ਦਾਗ ਲਾਈ ਜਾਂਦੇ ਹੋ, ਇਹ ਮੈਂ ਵੀ ਨਹੀਂ ਸਹਿੰਦੀ ਜਿਹੜਾ ਤੁਸੀਂ ਵਾਰ ਵਾਰ ਮੇਰੀ ਧੀ ਨੂੰ ਬਦਨਾਮ ਕਰੀ ਜਾਂਦੇ ਹੋ। ਅਸੀਂ ਗਰੀਬ ਜ਼ਰੂਰ ਹਾਂ ਪਰ ਅਸੀਂ ਬੇਇੱਜ਼ਤ ਬੰਦੇ ਨਹੀਂ ਹੈਗੇ, ਮੈਂ ਤੈਨੂੰ ਦੱਸਾਂ ਮੈਂ ਲੈ ਕੇ ਜਾਂਦੀ ਹਾਂ ਆਪਦੀ ਧੀ ਨੂੰ, ਵਸਾਉਣੀ ਮੈਂ ਵੀ ਨਹੀਂ ਇਹੋ ਜਾਂਦੇ ਘਰੇ। ਚੱਲ ਹਰਪ੍ਰੀਤ ਹੱਦ ਕਰੀ ਜਾਂਦੀ ਆ ਤੂੰ ਤਾਂ, ਕਿਉਂ ਅਸੀਂ ਦਾਗ ਲਾਉਂਦੇ ਹਾਂ, ਅਸੀਂ ਕੀ ਕਿਹਾ, ਅਸੀਂ ਸੱਚੀ ਗੱਲ ਕਹੀ ਹੈ। ਨਾ ਕੀ ਗੱਲ ਸੁਣਾਉਣ ਨੂੰ ਅਸੀਂ ਇੱਥੇ ਆਏ ਹਾਂ, ਤੁਹਾਨੂੰ ਮੇਰੀ ਧੀ ਇੱਥੇ ਆਈ ਹੈ ਤੁਹਾਨੂੰ। ਮਾਂ ਜਾਣਦੇ ਨੇ ਲੈ ਕੇ ਜਾਂਦੀ ਹੈ। ਦੇਖੋ ਜਦੋਂ ਜਦੋਂ ਸੱਚੀ ਸੀ ਨਾ ਉਦੋਂ ਮੈਂ ਉਹਦੇ ਨਾਲ ਖੜ ਗਿਆ ਸੀ, ਮੈਂ ਆਪਦੀ ਮਰਜ਼ੀ ਨਾਲ ਇਹਦੇ ਨਾਲ ਕਿਵੇਂ ਵਿਆਹ ਕਰਾਇਆ ਸੀ, ਵੀ ਮੈਂ ਇਹਨੂੰ ਪਸੰਦ ਕਰਦਾ ਸੀ, ਮੈਂ ਤੁਹਾਡਾ ਘਰ ਨਹੀਂ ਦੇਖਿਆ, ਕੋਈ ਅਮੀਰ ਗਰੀਬ ਨਹੀਂ ਦੇਖਿਆ ਹੈ, ਪਰ ਜੇ ਹੁਣ ਇੱਥੇ ਆ ਗਏ ਕਰਤੂਤਾਂ ਕਰੂ ਬਾਈ ਅਸੀਂ ਤਾਂ ਨਹੀਂ ਰੱਖਦੇ। ਕੱਲ੍ਹ ਤੇਰੇ ਵੀ ਭਾਈ ਪੱਟੀ ਬੰਨੀ ਵੀ ਅੱਖਾਂ 'ਤੇ, ਇਹਨਾਂ ਨੇ ਬੰਨੀ ਆ ਉਹ, ਮੈਨੂੰ ਸਭ ਸਮਝ 'ਚ ਆ ਗਿਆ ਵੀ ਦੂਜੇ ਲੋਟ ਨਹੀਂ ਤਾਂ ਹੁਣ ਇਸ ਲੋਟ ਕੰਮ ਚਲਾਓ, ਇਹਨੂੰ ਘਰੋਂ ਕੱਢੋ। ਬੋਲਣ ਦਾ ਹੱਕ ਨੀ, ਤੂੰ ਗੱਲ ਕਰੇ ਕਾਲਾ ਗੱਲ ਕਰੇ, ਇਹ ਕਿਵੇਂ ਚਾਰੇ ਚੱਕ ਚੱਕ ਆਉਂਦੀ ਆ। ਮੇਰੀ ਗੱਲ ਸੁਣ ਭੈਣ ਜੀ, ਮੈਂ ਕਿਵੇਂ ਕਹਾ ਜਦੋਂ ਇਹਨੇ ਅੱਖੀ ਦੇਖਿਆ, ਮੈਂ ਤਾਂ ਅੰਦਰ ਸੀ, ਇਹਦੀ ਮਾਂ ਵੀ ਅੰਦਰ ਸੀ। ਨਹੀਂ ਤੈਨੂੰ ਤਾਂ ਭੈਣ ਜਿਹੜਾ ਕੁਛ ਹੋਰ ਦਿਖਾਉਂਦੀ ਆ ਉਹੀ ਦੇਖੇਗੀ ਤੂੰ, ਤੂੰ ਇਹਦੇ ਮਗਰ ਕਿਉਂ ਲੱਗੇਗੀ। ਅੱਛਾ ਰਹੀ ਗੱਲ ਗਰੀਬ ਦੀ, ਅਸੀਂ ਤਾਂ ਸੋਚਿਆ ਨਹੀਂ ਸੀ ਵੀ ਤੁਸੀਂ ਗਰੀਬ ਹੋ, ਅਸੀਂ ਤਾਂ ਵਿਆਹ ਕਰ ਲਿਆ, ਚੱਲ ਮੁੰਡਾ ਕਹਿੰਦਾ ਮੈਂ ਆਹ ਮੈਂ ਕਰਾਉਣਾ, ਅਸੀਂ ਕਰਤਾ, ਫਿਰ ਭਾਈ ਇਹੋ ਜਿਹੇ ਲੱਛਣ ਨਹੀਂ ਮੈਂ ਕਰਾਉਂਦੀ। ਤੂੰ ਤਾਂ ਗੱਲ ਗੱਲ ਤੇ ਦਿਖਾਇਆ ਸਾਨੂੰ ਵੀ ਤੁਸੀਂ ਗਰੀਬ ਹੋ, ਤੂੰ ਕਹਿੰਦੀ ਕਿਉਂ ਨਹੀਂ, ਤੂੰ ਬਥੇਰਾ ਕੁਛ ਕਹਿੰਦੀ ਆ। ਆਹੋ ਕਹੀ ਨਹੀਂ ਹੈ, ਗੱਲ ਤੇ ਤਾਂ ਕਿਹਾ ਹੀ ਜਾਂਦਾ ਭਾਈ ਜਦੋਂ ਇਹ ਸਾਰਾ ਕੁਛ ਲੈ ਕੇ ਆਈ ਹੈ। ਮੇਰੀ ਗੱਲ ਸੁਣ ਲਾ ਮਾਸੀ, ਆਕਾਸ਼ ਨਹੀਂ ਆਉਂਦਾ ਘਰੇ ਤੇ ਮੈਂ ਕਦੇ ਨਾ ਘਰੋਂ ਪੈਰ ਨਹੀਂ ਪੱਟਿਆ ਹੈਗਾ, ਜਮਾਂ ਨਹੀਂ ਬਾਹਰ ਤੱਕ ਜਾਂਦੀ, ਇਹਦਾ ਕੀ ਹਿੰਮਤ ਹੈ ਵੀ ਉੱਥੇ ਬਾਹਰ ਤੱਕ ਜਾਂਦੀ ਹੈ। ਨਾ ਬਾਹਰ ਤੱਕ ਜਾਣ ਨੂੰ ਭਾਈ ਕੀ ਹੈ, ਇਹ ਕਿਹੜਾ ਬਾਹਰ ਗਈ ਆ ਕਿਤੇ, ਆਹਦੇ ਬਾਹਰ ਗਏ ਖੜੀ ਸੀ, ਨੰਬਰ ਫੜ ਲਿਆ, ਚਲੋ ਮੁੰਡੇ ਤੋਂ ਕੋਈ ਕੰਮ ਹੋਣਾ ਉਹਨੂੰ। ਮੈਂ ਵੇਖਾਂ ਕਿ ਨੰਬਰ ਫੜ ਲਿਆ, ਓਹੋ ਜੀ ਮਾਂ ਫਿਰ ਕੋਈ ਬਹਾਦਰੀ ਦੀ ਗੱਲ ਨਹੀਂ, ਨੂੰਹ ਤੀ ਨੰਬਰ ਫੜਦੀ ਲੋਕਾਂ ਤੋਂ, ਉਹਨੂੰ ਕੋਈ ਕੰਮ ਹੋਊ, ਹੁਣ ਜਦੋਂ ਇਹ ਕਹੀ ਜਾਂਦੀ ਹੈ ਤਾਂ ਨਾ ਝੂਠ ਬੋਲਦੀ, ਫਿਰ ਇਹਦੀ ਵੀ ਸੁਣ ਲਓ। ਵਧਾਓ ਤੇ ਚੰਗਾ, ਐਵੇਂ ਤਾਂ ਕੁਝ ਹੋਰ ਹੋ ਜਾਊਗਾ, ਤੁਸੀਂ ਆਪਦੀ ਨੂੰ ਲੈ ਕੇ ਨਾ ਆਪਦੇ ਘਰੇ ਜਾਓ, ਅਸੀਂ ਆਪਦਾ ਆਪੇ ਨਿਬੇੜ ਲਾਂਗੇ ਕਿਵੇਂ ਕਰਨਾ ਕਿਵੇਂ ਨਹੀਂ। ਚੱਲ ਪੁੱਤ ਚੱਲ ਗਏ, ਉੱਠ ਹੁਣ, ਮੈਂ ਵੀ ਤੈਨੂੰ ਛੱਡਦੀ ਇੱਥੇ ਇਹਨਾਂ ਦੇ, ਅਸੀਂ ਰੱਖਣੀ ਨਹੀਂ, ਲੈ ਜਾਓ।
ਵਾਲੇ ਚੰਬਲੇ ਆ ਗਏ ਅਸੀਂ ਪਛਤਾਵਾਂਗੇ ਸਾਡੇ ਮੂੰਹ ਕਾਲ ਖਲਾਈ ਜਾਂਦੇ ਅਸੀਂ ਪਛਤਾਵਾਂਗੇ ਸਾਡੀ ਖੇਪ ਆਈ ਜਾਂਦੀ ਪਿੰਡ ਚ ਇਹਦੂ ਤਾਂ ਨਾ ਹੀ ਕਰਾਉਂਦਾ ਮੈਂ ਛੜਾ ਹੀ ਫਿਰਦਾ ਰਹਿੰਦਾ ਲੋਕ ਤਾਂ ਕਹਿੰਦੇ ਬਥੇਰਾ ਸਮਝਾਇਆ ਸੀ ਤੂੰ ਕਿਹੜਾ ਆਖੇ ਲੱਗਿਆ ਨਹੀਂ ਮਾਂ ਫਿਰ ਕੀ ਹੁੰਦਾ ਜੇ ਨਹੀਂ ਕੁਛ ਦਿੰਦੇ ਤਾਂ ਮੈਂ ਤਾਂ ਉੱਥੇ ਹੀ ਕਰਾਉਣਾ ਮੈਂ ਤਾਂ ਉੱਥੇ ਹੀ ਕਰਾਉਣਾ ਆ ਖੱਟ ਲੈ ਹੁਣ ਉਹ ਕਿਸੇ ਦੇ ਢੱਡ ਦਾ ਫਿਰ ਕੀ ਪਤਾ ਹੁੰਦਾ ਮਾਂ ਹੁਣ ਕੀ ਪਤਾ ਸੀ ਵੀ ਇਹ ਐਂ ਕਰੂਗੀ ਆ ਜੇਬ ਚ ਪਾ ਕੇ ਰੱਖ ਸਿੱਟਣਾ ਨਹੀਂ ਨੰਬਰ ਉਹ ਬਸ ਇੱਥੇ ਰੱਖ ਲਾ ਕੋਈ ਨਹੀਂ ਮੈਨੂੰ ਟੱਕਰ ਜਾਣ ਦੇ ਉਹਦੇ ਤਾਂ ਮੈਂ ਦੇਖੀ ਗੱਲ ਚ ਹੱਥ ਪਾਉਂਦਾ ਕਮਾਲ ਕਰਦਾ ਬਾਈ ਤੂੰ ਉਹਦੇ ਗੱਲ ਚ ਕਿਉਂ ਹੱਥ ਪਾਏਗਾ ਐਵੇਂ ਬੇਇੱਜ਼ਤੀ ਕਰਵਾਏਗਾ ਹੁਣ ਤਾਂ ਗੱਲ ਉੱਡੀ ਨਹੀਂ ਫਿਰ ਬਾਹਲੀ ਉੱਡ ਜੂ ਜੇ ਉੱਥੇ ਲੜਾਈ ਹੋ ਗਈ ਪਿੰਡ ਚ ਪੁੱਛਣਗੇ ਕਿਵੇਂ ਲੜਦਾ ਐਂ ਕਹੇਗਾ ਵੀ ਸਾਡੇ ਘਰੇ ਨੰਬਰ ਫੜਾ ਗਿਆ ਸੀ ਉਹ ਕੋਈ ਨਹੀਂ ਮਾਂ ਉਹ ਲੋਕਾਂ ਨੂੰ ਤਾਂ ਉਦੋਂ ਵੀ ਪਤਾ ਲੱਗੂਗਾ ਹੀ ਜਦੋਂ ਲੋਕ ਐਂ ਦੇਖਣਗੇ ਵੀ ਇਹਨਾਂ ਦੀ ਬਹੂ ਵਗ ਗਈ ਉਹ ਬਾਈ ਉਹ ਤਾਂ 100 ਬਹਾਨੇ ਲਾਏ ਜਾ ਸਕਦੇ ਆ ਇਹੋ ਜਿਹਾ ਕੰਮ ਲੱਗਾ ਸੁਣ ਤੇਰਾ ਕੀ ਵਿਆਹ ਨਹੀਂ ਹੁੰਦਾ ਮੈਨੂੰ 5 ਮਿੰਟਾਂ 'ਚ ਵਿਆਹ ਲਊਂਗੀ ਫਿਕਰ ਨਾ ਕਰ ਤੂੰ ਚਲ ਕੋਈ ਨਾ ਬਾਈ ਫਿਰ ਕੀ ਹੁੰਦਾ ਸੀ ਜਾਣ ਵਾਲੀ ਗਈ ਹੁਣ ਕਾਹਦੀ ਟੈਨਸ਼ਨ ਲੈਣੀ ਐ ਐਵੇਂ ਜੀ ਤਾਂ ਵਧੀਆ ਸੀ ਚਲੀ ਗਈ ਹੋਰ ਆਪਣੇ ਸਿਰ ਖੇਪ ਪਵਾਉਂਦੀ ਕੋਈ ਨਾ ਚਲ ਚੰਗਾ ਤੂੰ ਚਾਹ ਪਾਣੀ ਪੀ ਲੈ ਫਿਰ ਮਗਰ ਮੁੜ ਕੇ ਕੀ ਦੇਣੀ ਐ ਪੁੱਤ ਤੇਰਾ ਇੱਥੇ ਹੁਣ ਕੁਛ ਨਹੀਂ ਜਿੰਨਾ ਚਿਰ ਤੇਰਾ ਕਾਲੇ ਨੇ ਸਾਥ ਦਿੱਤਾ ਉਹਨਾਂ ਚਿਰ ਮੈਨੂੰ ਵੀ ਯਕੀਨ ਸੀ ਜਦੋਂ ਹੁਣ ਕਾਲਾ ਨਹੀਂ ਤੇਰਾ ਸਾਥ ਦਿੰਦਾ ਤੇ ਮੈਨੂੰ ਵੀ ਯਕੀਨ ਨਹੀਂ ਮੈਂ ਵੀ ਕਿਹਦੇ ਸਹਾਰੇ ਤੈਨੂੰ ਛੱਡ ਕੇ ਜਾਵਾਂ ਨਾਲੇ ਤੂੰ ਮੇਰੀ ਗੱਲ ਯਾਦ ਰੱਖੀ ਪੁੱਤ ਆਹ ਜਿਹੜੀ ਵੱਡੀ ਜਿੰਨੀਆਂ ਕਰਦੀ ਹੈ ਨਾ ਓਨੀਆਂ ਭਰੂਗੀ ਇਹ ਤੇਰੀ ਸੱਸੇ ਦੀ ਉਂਗਲ 'ਤੇ ਚੜੀ ਵੀ ਹੈ ਅਤੇ ਇੱਕ ਦਿਨ ਇਹੀ ਤੇਰੀ ਸੱਸ ਦੇ ਲੱਤ ਮਾਰੂਗੀ ਕੋਈ ਨਹੀਂ ਤੂੰ ਫਿਕਰ ਨਾ ਕਰ ਤੇਰੀ ਮਾਂ ਤੇਰੇ ਨਾਲ ਹੈ ਨੰਬਰ ਫੜ ਲਿਆ ਸੀ ਉਹ ਤਾਂ ਮੈਂ ਜਾਵੜੀ ਉੱਪਰ ਅੱਛਾ ਫਿਰ ਕੀ ਮੈਂ ਮੰਮੀ ਨੂੰ ਦਿਖਾਤਾ ਨੰਬਰ ਫੜ ਕੇ ਉਤੋਂ ਤੇ ਮੁੜ ਕੇ ਕੱਲ੍ਹ ਤਾਂ ਸਾਰੀ ਰਾਤ ਬਾਈ ਆਇਆ ਨਹੀਂ ਸੱਚ ਮੰਮੀ ਵੀ ਆਏ ਹੋਏ ਸੀਗੇ ਮੰਮੀ ਸਾਹਮਣੇ ਜਲੂਸ ਕੱਢਿਆ ਇਹਨਾਂ ਨੇ ਚੰਗੀ ਤਰ੍ਹਾਂ ਕਾਲੀ ਨੂੰ ਸਮਝਾ ਕੇ ਨਾ ਤੇ ਆਪਦੇ ਪਿੱਛੇ ਲਾਇਓ ਇਹੋ ਜਿਹੀ ਦਾ ਕੀ ਪਤਾ ਹਾਂ ਕਾਲੀ ਨੂੰ ਕੁਛ ਕਰਦੇ ਓਹੋ ਤੁਸੀਂ ਇੰਨੀ ਟੈਨਸ਼ਨ ਕਿਉਂ ਲੈਂਦੇ ਨੇ ਕੁਛ ਨਹੀਂ ਸੋਚਦੇ ਮੰਮੀ ਨੂੰ ਪਤਾ ਹੀ ਹੈ ਮੇਰੇ ਬਾਰੇ ਸਾਰੇ ਮੰਮੀ ਤਾਂ ਖੁਦ ਨੂੰ ਇਹਨੂੰ ਪਸੰਦ ਕਰਦੇ ਸੀਗੇ ਮੇਰੀ ਗੱਲ ਸੁਣੋ ਨਾਲੇ ਇੱਕ ਗੱਲ ਹੋਰ ਆ ਮੈਨੂੰ ਤਾਂ ਐਂ ਸੀਗਾ ਵੀ ਵੀਰਾ ਪਿੱਛੇ ਨਹੀਂ ਲੱਗਦਾ ਹੁਣ ਤਾਂ ਵੀਰਾ ਪੂਰਾ ਪਿੱਛੇ ਲੱਗਿਆ ਹੋਇਆ ਆਪਣੇ ਹੁਣ ਤਾਂ ਵੀਰਾ ਵਿਚਾਰਾ ਸੈਡ ਜਿਹਾ ਵੀ ਸੀਗਾ ਮੈਨੂੰ ਤਾਂ ਲੱਗਦਾ ਅੱਜ ਤਾਂ ਵੀਰੇ ਦੀ ਦਾਰੂ ਦੂਰੂ ਚੱਲੂਗੀ ਚੱਲ ਕੋਈ ਨਹੀਂ ਉਹ ਤਾਂ ਉਹਨਾਂ ਦਾ ਨਵਾਂ ਨਵਾਂ ਦਿਲ ਟੁੱਟਿਆ ਉਹ ਤਾਂ ਪੀਊਗਾ ਹੀ ਪਰ ਚੱਲ ਆਇਆ ਇਹਦਾ ਮੈਨੂੰ ਬਹੁਤ ਵਧੀਆ ਖੁਸ਼ਖਬਰੀ ਮਿਲੀ ਅੱਜ ਠੀਕ ਹੈ ਵੀ ਚੱਲ ਜਿਹੜਾ ਆਹ ਕੰਮ ਹੋ ਗਿਆ ਪਰ ਹੁਣ ਤੁਸੀਂ ਆਪਦਾ ਧਿਆਨ ਰੱਖਿਓ ਬੇਬੇ ਨੂੰ ਸਮਝਾ ਦੀ ਤੂੰ ਆਪ ਵੀ ਬਸ ਹੁਣ ਇਹਨੂੰ ਉਹਦੇ ਮਗਰ ਨਹੀਂ ਜਾਣ ਦੇਣਾ ਇਹ ਆਪ ਹੀ ਨਹੀਂ ਜਾਂਦਾ ਐਡੀ ਵੱਡੀ ਗੱਲ ਹੋ ਜੇ ਬੰਦਾ ਜਨਾਨੀ ਪਿੱਛੇ ਜਾਊਗਾ ਫਿਰ ਉਹਦਾ ਧੋਖਾ ਦਿੰਦੀ ਫਿਰਦੀ ਇਹਨੂੰ ਨਾ ਤੂੰ ਮੈਨੂੰ ਐਂ ਦੱਸ ਕੋਈ ਪਿੰਡ ਦੇ ਵਿੱਚ ਗੱਲ ਤਾਂ ਨਹੀਂ ਉੱਡੀ ਤੇ ਪਿੰਡ 'ਚ ਬਦਨਾਮੀ ਹੋ ਜੇ ਫਿਰ ਆਪਾਂ ਸ਼ਹਿਰ ਰਹਿਣ ਲੱਗ ਜਾਂਗੇ ਨਹੀਂ ਓਹੋ ਨਹੀਂ ਨਹੀਂ ਕੋਈ ਬਦਨਾਮੀ ਨਹੀਂ ਉੱਡੀ ਹੈਗੀ ਪਿੰਡ 'ਚ ਉਹ ਤਾਂ ਇਹ ਕੋਈ ਵੀ ਨਹੀਂ ਸੀਗਾ ਗਲੀ 'ਚ ਸਿਖਰ ਦੁਪਹਿਰਾ ਸੀਗਾ ਮੈਂ ਤਾਂ ਉਹਦੇ ਨੰਬਰ ਫੜ ਲਿਆ ਬਹੁਤ ਲਾਹ ਪਾ ਕੀਤੀ ਮੈਂ ਤਾਂ ਜਿਹਦੀ ਮਾਂ ਵੀ ਆਈ ਸੀਗੀ ਅੱਗੋਂ ਹਜੇ ਇਹਦਾ ਮਾਰਦੀ ਮੂੰਹ ਤੇ ਤੂੰ ਵੀ ਐਂ ਬਦਨਾਮੀ ਕਰਾਏਂਗੀ ਸਾਡੀ ਉਹ ਤਾਂ ਵੀਰੇ ਨਹੀਂ ਮਾਰਤਾ ਸੀ ਉਹਦੇ ਚੱਲ ਠੀਕ ਆ ਵਧੀਆ ਕੀਤਾ ਅੱਜ ਤੇ ਮਾਂ ਆਈ ਸੀ ਵੇਖ ਲਾ ਉਹਦਾ ਸਾਥ ਦਿੰਦੀ ਸੀ ਕਹਿੰਦੀ ਮੇਰੀ ਧੀ ਤਾਂ ਇਹੋ ਜਿਹਾ ਕੁਛ ਕਰ ਹੀ ਨਹੀਂ ਸਕਦੀ ਕਹਿੰਦੀ ਮੈਂ ਤਾਂ ਆਪਦੀ ਨੂੰ ਲੈ ਜਾਂਦੀ ਹਾਂ ਮੈਂ ਅਸੀਂ ਆਖਾਂ ਲੈ ਜਾਓ ਫਿਰ ਅਸੀਂ ਇਹੋ ਜਿਹੀ ਧੀ ਕੀ ਕਰਾਉਣਾ ਮੁੜ ਕੇ ਲੈ ਗਈ ਉਹਨੂੰ ਵਧੀਆ ਹੋਇਆ ਚੱਲ ਠੀਕ ਹੈ ਮੇਰੀ ਗੱਲ ਸੁਣ ਹੁਣ ਮੇਰਾ ਨਾ ਬੌਸ ਆ ਗਿਆ ਕੋਲੇ ਤੇ ਫਿਰ ਐਵੇਂ ਮੈਨੂੰ ਜੌਬ ਤੋਂ ਕੱਢ ਦੂਗਾ ਫੋਨ ਫੜਿਆ ਦੇਖ ਕੇ ਤੇ ਮੈਂ ਤੈਨੂੰ ਸ਼ਾਮ ਨੂੰ ਫੋਨ ਲਾਉਂਗਾ ਉਦੋਂ ਦੱਸੀ ਮੈਨੂੰ ਸਾਰੀ ਗੱਲ ਠੀਕ ਆ ਉਹ ਸੁਣ ਤਾਂ ਲੋ ਜ਼ਰੂਰੀ ਗੱਲ ਤਾਂ ਰਹਿ ਹੀ ਗਈ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਐਂ ਕਹਿੰਦੀ ਸੀ ਹੁਣ ਨਾ ਬਾਈ ਨਾ ਪੂਰਾ ਟੁੱਟਿਆ ਹੋਇਆ ਹਨਾ ਤੇ ਜਿਹੜੀ ਆਪਣੀ ਜ਼ਮੀਨ ਜ਼ਮੂਨ ਵਾਲੀ ਆ ਤੇ ਪੈਸੇ ਧੇਲੇ ਦੀ ਗੱਲ ਨਾ ਤੁਸੀਂ ਆ ਜਾਓ ਤੇ ਆਪਾਂ ਕਰ ਲੈਂਦੇ ਹਾਂ ਆਪਦੇ ਹੱਥ ਥੱਲੇ ਹੁਣ ਇਹਨੇ ਕੀ ਕਰਾਉਣਾ ਹੈਗਾ ਮੈਨੂੰ ਪਤਾ ਹੈਗਾ ਹੁਣ ਤੇ ਦਾਰੂ ਪੀ ਕੇ ਪਿਆ ਰਿਹਾ ਕਰੂਗਾ ਪਿਆ ਤਾਂ ਰਿਹਾ ਕਰੂਗਾ ਕੋਈ ਨੀ ਤੂੰ ਹੁਣ ਐਂ ਨਾ ਕਹੀ ਨਹੀਂ ਵੀ ਬਾਈ ਤੂੰ ਦਾਰੂ ਪੀਣ ਲੱਗ ਗਿਆ ਐਂ ਕਰਨ ਲੱਗ ਗਿਆ ਬਸ ਤੂੰ ਪੀ ਜਾਣ ਦੇ ਦਾਰੂ ਦੂਰੇ ਨੂੰ ਜਿੰਨੀ ਪੀਂਦਾ ਇਹਨੂੰ ਤਾਂ ਪੀਆ ਕਰ ਬਾਈ ਦੱਬ ਕੇ ਕੋਈ ਚੱਕਰ ਵਾਲੀ ਗੱਲ ਨੀ ਸਬਜ਼ੀ ਸੁਬਜ਼ੀ 'ਚ ਘਿਓ ਪਾ ਕੇ ਦੇ ਰਿਹਾ ਕਰ ਇਹਨੂੰ ਠੀਕ ਆ ਕੋਈ ਨਾ ਆਪਣੇ ਹੱਥ ਜ਼ਮੀਨ ਆਪਣੇ ਹੱਥੀ ਆਊਗੀ ਜਿੱਦੇ ਮੈਨੂੰ ਛੁੱਟੀ ਮਿਲ ਗਈ ਬਸ ਉੱਥੇ ਆ ਕੇ ਮੈਂ ਗੱਲ ਕਰ ਲੂੰਗਾ ਮੈਂ ਬੌਸ ਤੋਂ ਕੋਈ ਪੁੱਛਦਾ ਤੇ ਬੌਸ ਤੋਂ ਪੁੱਛ ਕੇ ਜੇ ਤੇ ਛੁੱਟੀ ਮਿਲ ਗਈ ਬਾਹੂ ਤੇ ਆ ਗਿਆ ਆਪਾਂ ਜ਼ਮੀਨ ਵਾਲੇ ਨਾ ਕਰਾ ਲਾਂਗੇ ਤੇ ਸ਼ਹਿਰ ਲੈਣ ਲੱਗ ਜਾਂਗੇ ਉਸ ਤੋਂ ਬਾਅਦ ਇਹ ਕੌਣ ਮੈਂ ਕੌਣ ਬਸ ਠੀਕ ਹੈ ਚਲੋ ਠੀਕ ਹੈ ਤੁਸੀਂ ਕਰ ਲਓ ਕੰਮ ਆਪਦਾ ਚੰਗਾ ਚੰਗਾ ਬਾਏ ਬਾਏ ਲੈ ਹੁਣ ਆਉ ਕੰਮ ਲੋੜ